الرحمن الرحيم الحمد لله الرحمن الرحيم مالك يوم الدين إياك نعبد وإياك نستعين اهدنا الصراط المستقيم غير المغضوب عليهم ولا الضالين ولا ضالين الشمال ولا ضالين الشمال دعا ہے بادشاہ تہاڈا ٹورایا قبول فرما جتنے قدم نواب کربلا دی صفے ماتم دے پاسے چل آئے ہر قدم تے سائیں صغیرہ کبیرہ گناہ معاف فرما بانیان دی ہر مشکل مصیبت پریشانی پیشوا دور فرما علی ولی اللہ پڑھن والیاں دیاں نسلاں آباد ہوئن علی ولی اللہ پڑھن والیاں دے گھر آباد ہوئن علی ولی اللہ پڑھن والیاں نو مولا ہر تکلیف تو محفوظ فرمائے اور علی والیاں دا بادشاہ آپس وچ اتفاق فرمائے صلی علی محمد و آل محمد آواز کھلی جاندی پی تھوڑی سانس دے اندر کس بار پتہ نہیں لگدا پھر بھی تکلیف کرو صلوات سارے میرے معصوم دی آمد واسطے بھی صلوات سارے مل کر صدا جیو بارویں دے ظہور تک جیو تھوڑی جی نوکری ہے حکم آئی بڑے عزیز دا پھر حاضری ضروری آئی دربار بہت بڑا ہے ہادی بہت پاک کے جے کسے نو منگن دا ول آ جائے جڑے کل کریمن او اج بھی کریم ہے جڑے کل لج پالن وہ آج بھی لاجپال ہے اللہ اکبر نیت اس دربار چتول دی اتھے آویں تے عام نہ سمجھا کر جو میں گھروں نکلیا تے مجلس تے آ گیا لکھنؤ دے عالم دین پڑھتے پے ہیں میں نیٹ تے انہاں دی مجلس سن رہا ہوں انہیں ایک جملہ آکھیا جڑا میں بڑا پسند آیا پھر میں وہ جملہ واجب سمجھ کے آکھنا بلکہ اوجب سمجھ کے نہ دیکھو کوئی نہیں اے جڑا بخت ہے اس بخت دے بعد موت ہے اور کوئی بخت نہیں وہ کہانی ختم ہے بس حاضری ہے سائیں نیت نو بہتر جان دے انہاں فرمایا مجلس تو ایک رات پہلے جتھے بھی صفے ماتم وچ دی اس تو ایک رات پہلے جویں پچھلی رات نواب کربلا خود پیغام بھیج دین او فلاں بن فلاں کل میری صفے ماتم تے آویں اپنا مقام سمجھ میں ذاکری نہیں کردا پیا تیرے سامنے میں تیرے مزاج بڑے سونے جان میری غالباً
ਅੱਧੀ ਜ਼ਿੰਦਗੀ ਤੁਹਾਡੇ ਵਿੱਚ ਪੜਦਿਆਂ ਗੁਜ਼ਰ ਗਈ। ਨਾ ਮੈਂ ਤੁਹਾਡੇ ਵਾਸਤੇ ਨਵਾਂ, ਨਾ ਤੁਸੀਂ ਮੇਰੇ ਵਾਸਤੇ ਨਵੇਂ ਜੀ। ਬਿਸਮਿਲ੍ਲਾ ਮੈਂ ਫਿਰ ਆਖ ਲੈਣਾ, ਬਾਦਸ਼ਾਹ ਖੁਦ ਪੈਗਾਮ ਭੇਜ, ਕੈਸਾ ਉਹ ਇਨਸਾਨ ਹੈ ਜਿਸ ਨੂੰ ਨਵਾਬ ਕਰਬਲਾ ਦਾ ਪੈਗਾਮ ਜਾ ਹੋਏ ਹੋਏ ਓਹੋ ਕੈਸਾ ਉਹ ਇਨਸਾਨ ਹੈ ਜਿਸ ਨੂੰ, ਮੈਨੂੰ ਤਾਂ ਹਿੱਸਾ ਮਿਲ ਗਿਆ ਜਿਸ ਕੈਸਾ ਉਹ ਇਨਸਾਨ ਹੈ। ਕਰੋੜਾਂ ਸਲਾਮ ਹੈ ਐਸੇ ਲੋਕਾਂ ਨੂੰ, ਹਜ਼ਾਰਾਂ ਸਲਾਮ ਹੈ ਜਿਸ ਨੂੰ ਨਵਾਬ ਕਰਬਲਾ ਦਾ ਪੈਗਾਮ ਜਾਏ। ਇੱਥੇ ਆ ਕੇ ਬਾਂਧਾ ਹੀ ਹੋਏ ਜਿਸ ਨੂੰ ਬਾਦਸ਼ਾਹ ਦਾ ਪੈਗਾਮ, ਦੂਸਰਾ ਆਏਗਾ ਵੇਖ ਲਈ, ਇੱਥੇ ਨਹੀਂ ਬੈਰ ਫਿਰ ਫੁਰ ਕੇ ਚਲਾ ਜਾਏਗਾ। ਔਰ ਇਸ ਦੀ ਬਹੁਤ ਬੜੀ ਦਲੀਲ ਹੈ, ਕਿਸੇ ਦੀ ਕੋਈ ਖੁਸ਼ੀ ਗਮੀ ਹੋਵੇ ਬੰਦਾ ਪੈਗਾਮ ਦੇ ਕੇ ਬੁਲਾਉਂਦਾ ਨਾ, ਫਿਰ ਅੱਗੇ ਖਲੋ ਕੇ ਵੈਲਕਮ ਵੀ ਕਰਦਾ ਹੈ, ਉਸਦਾ ਸ਼ੁਕਰੀਆ ਵੀ ਅਦਾ ਕਰਦਾ। ਨਵਾਬ ਕਰਬਲਾ ਦੇ ਪੈਗਾਮ 'ਤੇ ਜਿਹੜੇ ਆਉਂਦੇ ਨੇ, ਕੀ ਉਹਨਾਂ ਦਾ ਬਖਤ ਹੈ ਜਿਨ੍ਹਾਂ ਦਾ ਅੱਗੇ ਖਲੋ ਕੇ ਸਜਾਦ ਸ਼ੁਕਰੀਆ। ਹੋਏ 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 ਅੱਲਾ ਜ਼ਿੰਦਗੀ ਕਰ ਰਿਹਾ ਬੱਚਿਆਂ ਦੀ ਜ਼ਿੰਦਗੀ, ਮੈਂ ਬਿਸਮਿਲ੍ਲਾ ਕਰਾਂ ਤੇਰੀ ਜ਼ਿੰਦਗੀ ਹੋਵੇ, ਮੈਂ ਬਿਸਮਿਲ੍ਲਾ ਕਰਾਂ। ਮੈਂ ਲੰਬੀ ਮਾਈਲਸ ਦਾ ਟਾਈਮ ਹੀ ਨਹੀਂ, ਮੇਰਾ ਸਫ਼ਰ ਜ਼ਿਆਦਾ ਹੈ, ਉਹ ਮੇਰੇ ਡਰਾਈਵਰ ਦੀ ਮਜਬੂਰੀ ਆਈ ਇਸ ਵਾਸਤੇ, ਬੜੀ ਮੁੱਦਤ ਬਾਅਦ ਮੈਂ ਗੱਡੀ ਵੀ ਆਪ ਹੀ ਚਲਾ ਗਿਆ। ਚਲੋ ਮੈਂ ਵਾਅਦਾ ਵਫਾਈ ਹੋ ਜਾ। ਸੈਯਦ ਸਾਜਦੀਨ ਸ਼ੁਕਰੀਆ। ਉੱਠ ਕੇ ਟੁਰਦੇ ਇਮਾਮ ਸ਼ੁਕਰੀਆ ਅਦਾ ਕਰ। ਇੱਕ ਸਤਰ ਹੈ, ਜ਼ਿੰਦਗੀ ਨਾ ਭੁੱਲੀ, ਬਾਤ ਨਹੀਂ ਹਕੀਕਤ ਆਈ, ਆਪਣਾ ਮੁਕਾਮ ਬੈਠੀ ਸੋਚੀ ਸਮਝੀ ਫਿਰ ਵੇਖੀ ਤੇਰਾ ਕੀ ਮੁਕਾਮ ਹੈ। ਅੱਲਾਹ ਅਕਬਰ। ਫਿਰ ਇਨਸਾਨ ਨੂੰ ਬਦਲ ਜਾਣਾ ਚਾਹੀਦਾ ਹੈ, ਜਿਸ ਦਾ ਇਮਾਮ ਸ਼ੁਕਰੀਆ ਅਦਾ ਕਰਦਾ ਉਸ ਨੂੰ ਤਾਂ ਫਿਰ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰ ਗੁਨਾਹ ਛੋੜ ਦੇਵੇ। ਹਾਂ ਹਾਂ, ਉਹ ਤਾਂ ਫਿਰ ਹਰ ਬੁਰਾਈ ਦੇ ਪਾਸਿਓਂ ਤੋਬਾ ਕਰ ਲੈਣਾ, ਜਿਸ ਦਾ ਇਮਾਮ ਸ਼ੁਕਰੀਆ। ਉਹ ਤਾਂ ਮਰ ਗਿਆ ਬੰਦਾ ਜਿਸ ਦਾ ਇਮਾਮ ਨੇ ਸ਼ੁਕਰੀਆ ਅਦਾ ਕੀਤਾ, ਉੱਥੇ ਕਹਾਣੀ ਮੁੱਕ ਗਈ, ਬਾਤ ਹੀ ਖਤਮ ਹੋ ਗਈ। ਇਮਾਮ ਸ਼ੁਕਰੀਆ ਦਾ ਇੱਕ ਇਮਾਮ ਪੈਗਾਮ ਪਿਆ ਭੇਜਦਾ, ਫਿਰ ਆਪਣੇ ਗਿਰੇਬਾਨ ਦੇ ਵਿੱਚ ਜਾਤੀ ਪਾ ਕੇ ਤਾਂ ਦੇਖਣਾ ਵੀ ਜੇ ਇਮਾਮ ਸਾਨੂੰ ਪੈਗਾਮ ਭੇਜੇ ਤਾਂ ਫਿਰ ਸਾਡਾ ਵੀ ਹੱਕ ਬਣਦਾ। ਇਸ ਸਫ਼ੇ ਮਾਤਮ ਦੇ ਬਾਅਦ ਜਦਾਂ ਵੀ ਦੇਖਣ ਮਾਸੂਮ ਤੇਰੇ ਪਾਸੇ, ਜੋ ਇਸ ਨੂੰ ਮੈਂ ਪੈਗਾਮ ਦੇ ਕੇ ਬੁਲਾਇਆ ਹਾਂ ਤੇ ਹੱਕ ਬਣਦਾ ਨਾ, ਤੂੰ ਮੁਸੱਲੇ ਤੇ ਨਜ਼ਰ ਆਵੇਂ। ਮੇਰੀ ਬਾਤ ਸਮਝਦਾ ਬੈਠਾ? ਫਿਰ ਤੇਰੇ ਤੇ ਵੀ ਹੱਕ ਹੈ, ਮੁਸੱਲਾ ਅਲੀ ਆ ਲਿਆਂਦਾ ਹੈ। ਰਾਜ਼ੀ ਹੋ ਨਾਰਾਜ਼ ਹੋ, ਬੋਲ ਨਾ ਬੋਲ, ਮੈਂ ਕੀ ਕੱਢਣਾ ਇੱਥੇ? ਇੱਕ ਨੂੰ ਵੀ ਸਮਝ ਆ ਗਈ ਮੇਰੀ ਬਖਸ਼ਿਸ਼ ਦਾ ਬਹਾਨਾ ਤੇਰੇ ਤੋਂ ਪਹਿਲੋਂ ਬਣ ਗਿਆ। ਮੇਰੀ ਬਾਤ ਮੁਜਤਹਿਦ ਜੁਟਲਾ ਕੇ ਵਿਖਾਵੇ, ਮੈਂ ਚੌਕ 'ਚ ਜ਼ੁਬਾਨ ਕਟਾ ਲਾਂਗਾ। ਆਪਣਾ ਮੁਕਾਮ ਸਮਝ, ਤੇਰਾ ਸੈਯਦ ਸਾਜਦੀਨ ਸ਼ੁਕਰੀਆ, ਉੱਥੇ ਖਲੋ ਕੇ ਇੰਤਜ਼ਾਰ ਕਰਕੇ ਤੇ ਤੇਰਾ ਸ਼ੁਕਰੀਆ ਅਦਾ ਕਰਦੇ ਜਿਹੜਾ ਸਫ਼ੇ ਮਾਤਮ ਵਿਛਾਈ ਬੈਠਾ। ਮਜਲਸ ਮੁੱਕਣੀ ਹੈ, ਸਜਾਦ ਚੱਲ ਕੇ ਉਹਦੇ ਬੂਹੇ 'ਤੇ ਜਾ ਕੇ ਆਦਾ ਤੇਰਾ ਬਾਲਾ। ਵਾਹ।
ਆਪਣਾ ਮੁਕਾਮ ਸਮਝ ਆ, ਹੁਸੈਨ ਦਾ ਵਾਸਤਾ ਹੀ ਆਪਣਾ ਮੁਕਾਮ। ਆਜ਼ਾਦਾਰ ਦਾ ਇਹ ਮੁਕਾਮ ਹੈ, ਮੁਕਾਣੀ ਦਾ ਇਹ ਮੁਕਾਮ ਹੈ। ਜਿਹੜੇ ਇੱਥੇ ਬਾਦਸ਼ਾਹ ਦੇ ਮਾਤਮੀ ਆਣ ਕੇ ਬਾਂਧਦੇ ਹੋ, ਤੁਹਾਨੂੰ ਪਤਾ ਤੁਹਾਡਾ ਕੀ ਮੁਕਾਮ ਹੈ। ਬੰਦੇ ਗੱਲਾਂ 'ਤੇ ਕਰਕੇ ਟੁਰ ਜਾਂਦੇ ਨਾ, ਮਾਤਮੀ ਦੇ ਮੁਕਾਮ ਨੂੰ ਕੋਈ ਸਮਝੇ ਤਾਂ ਤਦ ਹੈ, ਜੇ ਮਾਤਮੀ ਬਣ ਜਾਏ ਤਾਂ। ਕੋਸ਼ਿਸ਼ ਕਰ ਮਾਸੂਮ ਦੀ ਆਮਦ ਤੋਂ ਪਹਿਲੇ ਪਹਿਲੇ ਆਪਣੇ ਆਪ ਨੂੰ ਬਦਲਣ ਦੀ। ਮੈਂ ਜ਼ਾਕਰੀ ਨਹੀਂ ਤੇਰੇ ਸਾਹਮਣੇ ਕਰ ਰਿਹਾ, ਮੈਂ ਤੈਨੂੰ ਕੋਈ ਪੈਗਾਮ ਦੇ ਰਿਹਾ। ਵਸੂਲ ਕਰੀ ਚੰਗਾ ਰਸ, ਦੁਆ ਮੰਗਣੇ ਦਿਨ ਰਾਤ, ਮਾਸੂਮ ਆਵੇਨ, ਮਾਸੂਮ ਆਵੇਨ। ਇੱਥੇ ਮਾਸੂਮ ਹੁਣ ਆ ਜਾਏ ਬਾਰਵਾਂ ਇਮਾਮ, ਤਾਂ ਫਿਰ ਤੇਰੀ ਸ਼ਕਲ ਸੂਰਤ ਸੀਰਤ ਤੇਰਾ ਕਿਰਦਾਰ ਐਸਾ ਹੋਣਾ ਚਾਹੀਦਾ, ਇਮਾਮ ਖੁਦ ਬੁਲਾ ਕੇ ਆਖੇ ਉੱਥੇ ਨਾ ਖਲੋ ਮੇਰੇ ਕਰੀਬ ਆ, ਤੂੰ ਤਾਂ ਮੇਰਾ ਸਪਾਹੀ ਆ। ਭਾਈ ਜਾਨ ਰੌਲੇ ਪਾ ਦਿੱਤੇ ਨੇ ਲੋਕਾਂ ਨੇ, ਲੜਾਈਆਂ ਸ਼ੁਰੂ ਕਰ ਦਿੱਤੀਆਂ, ਵਿਲਾਇਤ ਰੌਲੇ 'ਚ ਪਾ ਦਿੱਤੇ ਨੇ। ਹਕੀਕਤ ਵਿਲਾਇਤ ਦਾ ਇਲਮ ਹੀ ਨਹੀਂ ਕਿਸੇ ਨੂੰ, ਝਗੜੇ ਗਾਰਾਂ 'ਚ ਰਿਸ਼ਤੇ ਛੁੱਟ ਗਏ। ਕਿੱਥੇ ਮਰੀਏ, ਕਿੱਥੇ ਜਾਈਏ, ਕਿੱਥੇ ਪਿੱਟੀਏ, ਕਿਹਦੇ ਸਾਹਮਣੇ ਰੋਈਏ। ਇਸ ਅੰਦਰ ਝਾਂਕ ਹਾਂ ਵਿਲਾਇਤ ਵਾਲੇ ਦੀ ਬਾਤ, ਤਾਂ ਫਿਰ ਜੇ ਵਿਲਾਇਤ ਹੈ ਤਾਂ ਫਿਰ ਬੋਲੀ ਨਾ। ਵਿਲਾਇਤ ਵਾਲਾ ਤਾਂ ਆਖਦਾ ਜੇ ਮੇਰੀ ਵਿਲਾਇਤ ਰੱਖਣਾ ਨਾ ਮੇਰੀ ਵਿਲਾਇਤ, ਤਾਂ ਫਿਰ ਬਾਜ਼ਾਰ ਦੇ ਚੌਕ 'ਚ ਤੂੰ ਖਲੋਤਾ ਹੋਵੇ ਨਾ, ਮੇਰੀ ਵਿਲਾਇਤ ਤੂੰ ਨਾ ਬੋਲ, ਜਹਾਨ ਤੇਰੀ ਸ਼ਕਲ ਦੇਖ ਕੇ ਬੋਲੇ ਓ ਅਲੀ ਦੀ ਵਿਲਾਇਤ ਵਾਲਾ। ਖੁਦਾ ਤੇਰੀ ਇਬਾਦਤ ਕਬੂਲ ਫਰਮਾ, ਜਿਹੜੀ ਜ਼ੁਬਾਨ ਹਿਲਦੀ ਪਈ ਹੈ ਅੱਲਾ ਤੇਰੀ ਇਬਾਦਤ ਕਬੂਲ ਫਰਮਾ। ਤੇਰਾ ਕਿਰਦਾਰ ਬੋਲੇ, ਤੇਰੀ ਉਹ ਸਫ ਬੋਲੇ ਜਿਹੜੀ ਸਫ 'ਚ ਤੂੰ ਖਲੋਤਾ ਹੋਵੇਂ, ਕਿ ਹਲਾਲੀਆਂ ਦੀ ਸਫ 'ਚ ਅਲੀ ਦੀ ਵਿਲਾਇਤ ਵਾਲਾ ਖਲੋਤਾ ਹੈ। ਤੇਰੀ ਸਫ ਇਹ ਨਾ ਬੋਲਦੀ ਹੋਵੇ ਕਿ 35 ਬੰਦੇ ਖਲੋਤੇ ਨੇ ਤੇ 34 ਜੁਆਰੀਏ ਖਲੋਤੇ ਨੇ, ਰਾਜ਼ੀ ਹੋ ਨਾਰਾਜ਼ ਹੋ, ਬੋਲ ਨਾ ਬੋਲ ਤੇਰੀ ਆਪਣੀ ਮਰਜ਼ੀ ਹੈ, ਮੈਂ ਕੁਛ ਨਹੀਂ ਕੱਢਣਾ। ਮੇਰੇ ਤਾਂ ਬੜਾ ਦਾਨ ਹੈ ਮੁਹੰਮਦ ਦੀ ਧੀ ਦਾ। ਮੈਂ ਜ਼ਾਕਰੀ 'ਚ ਜਦੋਂ ਆਇਆ ਮੈਂ ਘਰੋਂ ਰੋਟੀ ਖਾਂਦਾ ਹੀ ਆਉਂਦਾ, ਮੇਰੇ ਤਾਂ ਮੁਹੰਮਦ ਦੀ ਧੀ ਦਾ ਦਾਨ ਹੈ, ਸ਼ੁਕਰ ਹੈ, ਨਾਜ਼ ਨਹੀਂ ਹੈ, ਬਸ ਉਹਨਾਂ ਦੀ ਕਰੀਮੀ ਹੈ। ਬਣੇ ਤਾਂ ਫਿਰ ਕਹਾਣੀ ਬਣਨੀ ਹੈ, ਤੂੰ ਬਣੇ ਤਾਂ ਕਹਾਣੀ ਬਣਨੀ। ਤੇਰੀ ਸ਼ਕਲ ਦੇਖ ਕੇ ਦੂਸਰਾ ਆਖੇ ਉਹ ਵੇਖੋ ਅਲੀ ਵਾਲਾ ਬਾਜ਼ਾਰ ਦੇ ਚੌਕ 'ਚ, ਹਾਂ ਹਾਂ ਚੌਕ 'ਚ ਖਲੋ ਕੇ ਅਗਰ ਕੋਈ ਤੈਨੂੰ ਬੁਰਾ ਆਖੇਗਾ ਤਾਂ ਫਿਰ ਆਖੇਗਾ ਅਲੀ ਵਾਲਾ। ਇਹ ਮਰ ਜਾਣ ਦਾ ਮੁਕਾਮ ਹੈ, ਦੂਸਰੇ ਨੂੰ ਵੇਖ ਕੇ ਆਖੇ ਵੇਖ ਉਹਦੀ ਸ਼ਕਲ ਅਲੀ ਵਾਲੇ ਦੀ, ਬਣ ਕੇ ਤਾਂ ਵੇਖ, ਬਣੇ ਤਾਂ ਕਹਾਣੀ ਹੈ ਨਾ। ਲੈ ਮੇਰੀ ਮਨ ਖਾਂ ਸੁਬਹ ਤੋਂ ਫਜਰ ਦੀ ਨਮਾਜ਼ ਕੱਲ੍ਹ ਤੋਂ ਸ਼ੁਰੂ ਕਰ, ਸੁਬਹ ਤੋਂ ਸ਼ੁਰੂ ਕਰ, ਜਿਹੜਾ ਨਹੀਂ ਪੜ੍ਹਦਾ ਸ਼ੁਰੂ ਕਰੇ, ਅਤੇ ਮੁਸੱਲੇ 'ਤੇ ਜਿਹੜੇ ਵੇਲੇ ਨਮਾਜ਼ ਮੁੱਕੇ ਤਾਂ ਉੱਥੇ ਹੀ ਉੱਠ ਕੇ ਹਾਏ ਹੁਸੈਨ ਆਖੀ, ਆ ਚਾਰ ਹੱਥ ਸੀਨੇ 'ਤੇ ਮਾਰ ਕੇ ਨਾ, ਅਤੇ ਜਿਹੜੀ ਦੁਆ ਮੰਗੀ ਹਾਂ ਇੱਕ ਹਫ਼ਤੇ 'ਚ ਪੂਰੀ ਨਾ ਆਵੇ ਮੇਰੇ 'ਤੇ ਲਾਨਤ ਕਰ ਦੇ, ਕਰ ਤਾਂ ਸਹੀ ਯਾਰ। ਸੈਯਦ ਸਾਜਦੀਨ ਕੋਲ ਇੱਕ ਸ਼ਖਸ ਆਇਆ, ਉਸ ਆਖਿਆ ਮੌਲਾ ਮੌਤ ਦੇ ਕਰੀਬ ਪਹੁੰਚ ਗਿਆ, ਹਕੀਮ ਡਾਕਟਰ ਸਭ ਕੁਝ ਜਵਾਬ ਦਿੱਤੀ ਬੈਠੇ ਨੇ, ਆਪਣਾ ਮੁਕਾਮ ਸਮਝੀ, ਬਾਦਸ਼ਾਹ ਮੈਨੂੰ ਜਵਾਬ ਦਿੱਤੀ ਬੈਠੇ ਨੇ, ਇੱਕੋ 70 ਮਸਾਹਿਬ ਦੀ ਬਸ, ਇਹਦੇ ਬਾਅਦ ਖਤਮ, ਜਵਾਬ ਦਿੱਤੀ ਬੈਠੇ ਨੇ ਲੋਕ, ਮਰਨ ਦੇ ਕਰੀਬ ਆ, ਮੇਰਾ ਪੂਰ ਬੜਾ ਛੋਟਾ ਹੈ ਬਾਦਸ਼ਾਹ, ਇਹਸਾਨ ਫਰਮਾਓ, ਮੌਤ ਆਵਣੀ, ਮਰਨਾ ਨਹੀਂ ਅਜਾ ਚਾਹੁੰਦਾ, ਆਪਣਾ ਮੁਕਾਮ ਸਮਝੀ, ਮਰਨਾ ਅਜਾ ਨਹੀਂ ਚਾਹੁੰਦਾ, ਪੂਰ ਛੋਟਾ, ਮੌਤ ਆਵਣੀ ਆਵਣੀ। ਮੌਲਾ ਹਕੀਮ ਡਾਕਟਰ ਜਵਾਬ ਦੇ ਗਏ, ਕੋਈ ਮਿਹਰਬਾਨੀ ਅਹਿਸਾਨ ਕਰ ਦਿਓ। ਸੈਯਦ ਸਾਜਦੀਨ ਫਰਮਾਇਆ ਉਹ ਕੌਣ ਲੋਕ ਹਨ ਉਹ ਸਾਹਮਣੇ, ਮੌਲਾ ਤੇਰੇ ਬਾਬੇ ਦਾ ਮਾਤਮ ਆਉਂਦਾ ਪਿਆ। ਸਰਕਾਰ ਫਰਮਾਇਆ ਜਾ ਚਲਾ ਜਾ, ਕਿਸੇ ਮਾਤਮੀ ਦਾ ਨਾਂ ਨਹੀਂ, ਜਿਹੜਾ ਮਾਤਮੀ ਵੀ ਪੈਰ ਚੁੱਕੇ ਥੱਲਿਓ ਖਾਕ ਚਾ ਕੇ ਖਾ ਲਈ, ਸ਼ਫਾ ਨਾ ਹੋਵੇ ਮਨ ਸਜਾਦ ਨਾ।
ਹੁਸੈਨ ਦਾ ਵਾਸਤਾ ਹੈ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼। ਆਪਣਾ ਮੁਕਾਮ ਸਮਝ, ਘਰਾਂ 'ਚ ਹੁਸੈਨ ਦਾ ਵਾਸਤਾ, ਤਨਾਜ਼ੇ ਨਾ ਬਣਾਓ। ਦੁਸ਼ਮਣ ਸਾਡੇ ਸਿਰ 'ਤੇ ਖਲੋਤਾ ਹੈ, ਅਲੀ ਵਾਲੇ ਇਤਫਾਕ ਕਰ ਜਾਓ, ਅਲੀ ਵਾਲੇ ਇਕੱਠੇ ਹੋ ਜਾਓ। ਜੇ ਕੋਈ ਐਸਾ ਹੈ ਉਹਨੂੰ ਪਿਆਰ ਨਾਲ ਸਮਝਾਓ, ਦੋ ਵਾਰੀ ਸਮਝਾਓਗੇ ਤੁਹਾਡੇ ਨਾਲ ਆ ਰਲੇਗਾ। ਬੱਚਿਆਂ ਦੀ ਜ਼ਿੰਦਗੀ ਉਹਨੇ ਬੜਾ ਹੀ ਮਾਰਿਆ ਅਲੀ ਦੀ ਧੀ ਨੂੰ। ਜੀ ਬਾਬਾ ਜੀ ਬਾਬਾ ਜੀ, ਉਹ ਹੀ ਪੜ੍ਹਨ ਲੱਗਾ ਜਨਾਬ। ਉਹ ਹਾਂਜੀ ਆਪ ਸੱਤਰ ਦਾ ਆਖਿਆ ਇੱਕ ਮੈਂ ਸਾਹਿਬ ਜੀ ਦਾ, ਉਹੀ ਦੋ ਲਫ਼ਜ਼ ਪੜ੍ਹ ਦੇਣਾ। ਪੜ੍ਹਨਾ ਤਾਂ ਮੈਂ ਕੁਛ ਹੋਰ ਆਈ ਆਪਣੀ ਮਰਜ਼ੀ 'ਤੇ, ਚਲੋ ਜਿਵੇਂ ਤੁਹਾਡਾ ਦਿਲ ਹੈ। ਹਾਏ ਹਾਏ ਬੜਾ ਮਾਰਿਆ। ਹੁਸੈਨ ਬੜਾ ਵੱਡਾ ਮਜ਼ਲੂਮ ਆਈ, ਲੇਕਿਨ ਭੈਣ ਇਹਦੇ ਨਾਲੋਂ ਵੀ ਵੱਡੀ ਮਜ਼ਲੂਮ ਆ। ਭਾਈ ਜਾਨ ਇੱਕ ਸੱਤਰ ਤੁਹਾਡੀ ਨਜ਼ਰ ਪਿਆ ਕਰਨਾ, ਵਿਰਾਜ ਜਿਹੜਾ ਵੀ ਮਜ਼ਲੂਮ ਆਈ, ਜੇ ਬੰਦਾ ਸ਼ਾਮ ਤੋਂ ਤੁਰਿਆ ਹੈ ਉਸ ਕਰਬਲਾ ਆ ਕੇ ਮਾਰਿਆ। ਮਦੀਨਿਓ ਤੁਰਿਆ ਉਸ ਕਰਬਲਾ ਆ ਕੇ ਮਾਰਿਆ, ਕੂਫਿਓ ਤੁਰਿਆ ਉਸ ਕਰਬਲਾ ਆਣ ਕੇ ਮਾਰਿਆ। ਭੈਣ ਇੰਜ ਦੀ ਮਜ਼ਲੂਮ ਆ, ਕਿਸੇ ਨੂੰ ਆਉਣਾ ਹੀ ਨਹੀਂ ਪਿਆ। ਜਿਹਨੇ ਸ਼ਾਮ 'ਚ ਮਾਰਨਾ ਭੈਣ ਉੱਥੇ ਗਈ, ਵਾਹ ਵਾਹ। ਜਿਹਨੇ ਕੂਫੇ ਮਾਰਨਾ ਭੈਣ ਕੂਫੇ ਗਈ, ਉਸ ਉੱਥੇ ਮਾਰ। ਮੈਂ ਬਿਸਮਿਲਲਾ ਕਰਾਂ, ਭੈਣ ਇੰਜ ਦੀ ਮਜ਼ਲੂਮ ਆ। ਜ਼ਿੰਦਗੀ ਹੋਵੇ, ਜ਼ਿੰਦਗੀ ਹੋਵੇ, ਬੱਚਿਆਂ ਦੀ ਜ਼ਿੰਦਗੀ ਹੋਵੇ ਭਾਈ। ਵਾਹ ਵਾਹ, ਇਹ ਫਨ ਨਹੀਂ, ਇਹ ਮੋਹਰ ਲੱਗ ਕੇ ਆਉਂਦੀ, ਮੋਹਰ ਲੱਗ ਕੇ। ਹਾਏ ਹਾਏ, ਯਾਰ ਹੱਦ ਨਹੀਂ ਮੁੱਕ ਗਈ। ਜਿਹਦਾ ਵਿਰਾ ਹੀ ਕੋਈ ਨਾ, ਉਹਨੂੰ ਘਰ 'ਚ ਜਾ ਕੇ ਮਾਰਿਆ। ਜਿਹਦੇ 18 ਹਨ ਉਹਨੂੰ ਜਿੱਥੇ ਦਿਲ ਕੀਤਾ ਕਿਸੇ ਨੇ ਮਾਰਿਆ। ਅਜੇ ਸਮਝ ਨਹੀਂ ਪਈ ਆਉਂਦੀ, ਅਜੇ ਸਮਝ ਨਹੀਂ ਪਈ ਆਉਂਦੀ, ਕਿਹੜਾ ਬੰਦਾ ਜਿਹੜਾ ਮਾਤਮ ਨਹੀਂ ਪਿਆ ਕਰਨਾ। ਵਾਹ ਵਾਹ, ਤੇਰੀ ਜ਼ਿੰਦਗੀ ਹੋਵੇ, ਮੈਂ ਬਿਸਮਿਲਲਾ ਕਰਾਂ, ਭਲਾ ਹੋਵੇ, ਮੌਲਾ ਪੁਰਸਾ ਕਬੂਲ ਫਰਮਾ। ਹੱਦ ਮੁੱਕ ਗਈ। ਦੁਆ ਮੰਗਿਆ ਕਰੋ, ਤੁਹਾਡੇ ਆਖਣ 'ਤੇ ਸਤਰ ਪੜ੍ਹਨ ਲੱਗਾ। ਦੁਆ ਮੰਗਿਆ ਕਰੋ, ਜਿੱਥੇ ਕੋਈ ਬਹੁਤ ਸੋਹਣਾ ਵੱਸਿਆ ਹੋਵੇ ਉੱਥੇ ਉੱਜੜ ਕੇ ਨਾ ਆ ਜਾਏ। ਤੇ ਜਿੱਥੇ ਉੱਜੜ ਕੇ ਆ ਜਾਏ ਉੱਥੇ ਫਿਰ ਜਾਣਨ ਵਾਲਾ ਕੋਈ ਨਾ ਹੋਵੇ। ਹਾਂ, ਇਹ ਹੱਕ ਹੀ ਜਿਹੜਾ ਅਦਾ ਕੀਤਾ ਹੀ, ਇਹ ਮੁਕਾਮ ਹੀ ਅਜ਼ਾਦਾਰਾਂ ਦਾ। ਮੈਂ ਬਿਸਮਿਲਲਾ ਕਰਾਂ, ਮੁੱਲ ਪੈ ਜਾ ਸੀ ਇਸ ਰੋਵਣ ਦਾ ਕਬਰ 'ਚ। ਜਿੱਥੇ ਸ਼ਾਹਜ਼ਾਦੀ ਰਹੀ ਆਈ, ਬੜੇ ਦੁੱਖ ਉੱਥੇ ਡਿੱਠੇ, ਲੇਕਿਨ ਇੱਕ ਦੁੱਖ ਕੂਫੇ 'ਚ ਅਲੀ ਦੀ ਧੀ ਐਸਾ ਡਿੱਠਾ ਜੋ ਬੋਲ ਪਈ ਹੈ। ਅੰਮਾ ਫਿਜ਼ਾ ਜੀ ਮਰੀ ਮਾਂ, ਅੰਮਾ ਇੱਕ ਦੁਆ ਤੇ ਮੰਗ। ਅਲੀ ਦੀ ਧੀ ਕਿਹੜੀ ਦੁਆ ਮੰਗਾਂ, ਫਰਮਾਇਆ ਅੰਮਾ ਦੁਆ ਮੰਗੇ ਜ਼ਮੀਨ ਫਟ ਜਾਏ। ਵਾਹ ਵਾਹ,
वाह वाह तेरा भला उन्हें रोन वाली शक्ल बना ली या हाय कर दे मैं फिर भी तेरी मुबान काफी है इबादत काफी है अल्लाह परदे सलामत रखे चिट्टी दाड़ी है तो सर का पुरुष है हजर आले मोहम्मद अम्मा दुआ मंग दे जमीन फट जाए अम्मा मैनू मौत आ जाए उस वेले जनाबे फिजा बोले अली दीदी मैनू समझ नहीं आई करबला ते बहुत जुलम डिठे ये थोड़ा जो दुख ना हा तेरा एक पुत्र लब्बा है तो दूसरा लभे ही नहीं हाय 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 वाह 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 अल्लाह शफा देवी इमाम जमाना शफा दे मैं बिस्मिल्लाह करा जिथे जा मिल जाए बहाने की कोशिश कर मैं बिस्मिल्लाह करा मसाइब च जुतियां च भी जगह मिल जाए तो फख्र समझ के बैठ जाया कर अल्लाहु अकबर अल्लाहु अकबर अम्मा औखी बात है तेरा ही कलब है दूसरा नहीं तेरा हक बनता उथे आखे हाँ मैं मौत आ जाए फिर अम्मा इस तू भी मंजिल वध गई अल्लाहु अकबर ते अपनियां अखां दे नाल अपने वीर दी कंड ते कातल सवार बैठा वाह वाह एक वैंड करदा पिया छोड़दा पिया मैं बिस्मिल्लाह करा चाह तेरी जिंदगी हो रही जवानी अमान मैं बिस्मिल्लाह करा अल्लाह परदे सलामत रखनी अल्लाहु अकबर फिर बेगैरत जी में जरबा मारियां अली दीदी मैं तेरे नाल ही आई 70 कदम दी वेथ आई जिथे तू खलोती वेखदी पई आई मैं तेरे नाल खलोती जा फिर इस तुम भी औखा एक वेला आया जिथे हाथ दी मुक गई अली दीदी मैं उस वेले भी तेरे नाल आम ऐ 70 दी हो सके ते माफी दे छोड़ना मैं उस टाइम भी तेरे नाल सा अली दीदी जेड़े वेले टिल्ला ज़ैनब या ते तू खलोती होइयां ते तेरियां अखां दे सामने तेरे भिरा दियां जुल्फां च हाथ पा के ते गैरत ने सर चढ़ाया वाह 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 शामिल हो जा शामिल हो जा जिंदगी का पता नहीं शामिल हो जा मैं बिस्मिल्लाह करा केड़े मोड़ ते मुकनी आई जिंदगी का पता नहीं आई रह ना जाई बिस्मिल्लाह करा या सिर झुका के बैठ जाई मैं बिस्मिल्लाह है उस वेले भी मैं तेरे नाल छा हक बनदा तू उस ले आखिया अम्मा दुआ मंग मैं मर जावा ते उथे भी नहीं आखिया फिर उसके बाद एक मौका ऐसा आया जिथे हद मुक गई मैं उस वेले भी तेरे नाल सा अली दीदी मैं बेहतर जाननी हाँ तू जिंदगी कोई मसला भी पूछे है तो माँ दी कंड दा ओलर लेके प्यो तो पूछे है अली दीदी मैनू वो वक्त भी याद है मैं उसले भी नाल साएं जिस वेले ताएं अपने बाबे नू आखे बाबा जान मैं माँ दी कब्र ते वंजने ते तेरा बाबा रो के आता चंद रातां दे बाद अंधारियां रातां आसां वाह वाह पता नहीं चंद बंदे केड़ियां सोचां ते मैं वाह 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 अल्लाह पुरसा कबूल करी इमामे जमाना तेरा पुरसा कबूल मैं तेरे पर्दे नू भी जाननी है मैं तेरी इज्जत मुकाम नू भी जाननी है इतनी पर्देदार जेड़ी रात दे अंधारे विच भी जिंदा बाबा
अंधारियां रातां दा इंतजार करके मां दी कबर तई लै आंदा। अली दीदी मैं उस वेले भी ना लां जेड़े वेले बेगैरत ने लहंदे डी दे वेले तेरी चादर नेजे मंग ना जेड़ी नेक आरज़ू है अख वसदी तो मंग पूरी किवें ना होवे कढ़ाई लिखे पूरी उसकी मैं बिस्मिल्ला मैं उस वेले भी तेरे नाल मैं उस टाइम भी तेरे नाल सां जेड़े वेले जालम ने तेरी चादर लहाई तू नंगे सर बाहर आई। अल्लाहु अकबर ते उसले नहीं आख्या हक बनदा उथे आख्या अम्मा दुआ मंग मैं मर वन्या। फिर एक मौका ऐसा आया अली दीदी उसले भी मैं तेरे नाल सां जड़ा पारा दिता ही तेरा बाबा आया तो ते आख्या अम्मा कोई चादर है तो मैनू दे जेड़ी माँ दी कंड दे ओल ते मसले पुछ दी आई पहले प्यो पर जा बनाई। ये तेरी जिंदगी होवे मैं बिस्मिल्ला करा भला होवे मैं उस वेले भी तेरे नाल सां हक बनदा उथे आग छोड़िया। इतने दुख दिठे इतनियां तकलीफां दिठियां इतने पहाड़ मसाइब दे देख के सह गई है ते नहीं हूं आख्या जो अम्मा दुआ मंग मैं मर जा कूफे च की वेखे जो आदि पई है दुआ मंग मैं मर जा। उस वेले बीबी आदि अम्मा जिथे इतने दुख आए उथे जानन आला कोई अम्मा ओ दरबार दे दरवाजे ते मेरा वीर मुख्तार भी आया खला वाह वाह अम्मा मेरे वाल खुले होए या ज़हरा वाह वाह तेरे बच्चों की जिंदगी उन्हें किसी गमे च ना रोवे वाह वाह। लो एक वैन सुन लो अवेख मेरा वीर मुख्तार अम्मा करबला दुख बड़े आए लेकिन जानन वाला कोई ना बच्चों की जिंदगी उन्हें ओ मेरा वीर। उस वेले जनाब फिजा सलामुल्ला फरमाया अली दीदी ना घबरा ना घबरा अम्मा तू क्या कर से बीबी आदि मैं मर जावांगी मैं तेरे अग्यों हटना ही नहीं जै तई मेरे दामे च एक भी साह बाकी है ना घबरा। वाह 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 जी बाबा जी बाबा जी बाबा हद कर छोड़ी आई जवानिया माने च बिस्मिल्ला करा तेरी मोहब्बत से सतरा के लगा मैं तेरे अगो नहीं हट सा चुप खड़ी रही। जनाब फिजा दी कांड ते सादात दे पर्दे दा नाम फिजा है चुप खड़ी रही। अल्लाह जिंदगी करी लो भाई आ गया बस एक वैन पर अल्लाह अकबर चुप खाली रही। इस सामने आए आधा मेरा सलाम कर मुबारक दे जंजीर ला देना आधा सलाम भी करना मुबारक भी देना ये चार सपाही भेजे मैंने लवन वास्ते हाँ होर लाया कुछ सवारियां भी दे खैर है 45 मील का सफर करना है उसके बाद आके मुबारक भी होएगी 45 मील हाँ हाँ नहीं नवाद एक जंगल है उत्थू तक वंजना क्यों वेना है अदा यार के दसा जडा अख बंद करना वेहदा कला प्या मरी हाय हाय ऐ खरा ताई ऐ खरा ताई मैं बिस्मिल्ला करा और जवानी मान पर दे सलामत रानी बिस्मिल्ला जहाँ अख बंद करना जहाँ अख बंद होंगी मैं वे ना कला प्या मरी
ਉਹ ਮਰੀਜ਼ਾਂ ਵਾਲੇ ਦੇ ਕੋਲ ਗਿਆ, ਖਾਬ ਵਿੱਚ ਮੈਂ ਗੌਰ ਨਾਲ ਡਿੱਠਾ, ਉਸਦੀ ਸ਼ਕਲ ਮੇਰੇ ਮੁਰਸ਼ਦ ਨਾਲ ਮਿਲੀ। ਮੈਂ ਪਤਾ ਕਰਨਾ ਹੈ ਹਦਮ ਮੁਬਾਰਕ ਉਹ ਵੀ ਤੇਰੇ ਪੰਧ ਹੀ ਮੁੱਕ ਗਏ ਹੈ ਕਿਵੇਂ? ਆਦਾ ਜੀ ਨੂੰ 45 ਮੀਲ ਤੇ ਮਿਲਣ, ਹਾਂ ਇਸੇ ਦਰਬਾਰ ਚ ਆਇਆ। ਮੁੱਕ ਜਾ ਸੀ ਮਜਲਸ ਅਗਰ ਇਹ ਸਤਰ ਸਮਝੀ। ਮੁਖਤਾਰ ਜਲਦੀ ਨਾਲ ਸਰ ਚ ਆਇਆ, ਪਹਿਲੀ ਕੁਰਸੀ, ਦੂਸਰੀ, ਤੀਸਰੀ, ਚੌਥੀ, 7ਵੀਂ ਕੁਰਸੀ ਤੇ ਮੁਖਤਾਰ ਦੀ ਨਿਗਾਹ ਆਈ। ਜਾਂ ਕੋਨੇ ਚ ਇੱਕ ਵਹਿਣ ਆਇਆ, ਕੁਰਸੀਆਂ ਤੇ ਬਹਾਣ ਦੇ ਮੌਸਮ ਲੰਘ ਗਏ। ਵਾ ਵਾ ਮੇਰੇ ਘੋੜਾਂ ਦੇ ਸੰਭਾਂ ਦੇ ਹੇਠ ਰੁੱਲਦੇ ਰਹਿ ਗਏ। ਵਾ ਵਾ ਬੇਸ਼ਕ ਸੀ ਨੇ ਤੇ ਹੱਥ ਮਾਰ ਲੈ, ਮੈਂ ਬਿਸਮਿਲਲਾ ਕਰ, ਮੈਂ ਬਿਸਮਿਲਲਾ ਕਰਾਂ, ਅੱਲਾ ਪੁਰਸਾ ਕਬੂਲ ਕਰੇ। ਇਮਾਮ ਹੁਸੈਨ ਬਾਦਸ਼ਾਹ ਤੇਰੇ ਰੋਵਣ ਤੇ ਗਵਾਹ ਬਣ ਜਾ, ਮੈਂ ਬਿਸਮਿਲਲਾ ਕਰਾਂ, ਮੈਂ ਬਿਸਮਿਲਲਾ ਕਰਾਂ। ਕੁਰਸੀਆਂ ਤੇ ਨਹੀਂ, ਮੇਰੇ ਤੇ ਘੋੜਾਂ ਦੇ ਸੰਭਾਂ ਹੇਠ ਰੁੱਲ ਗਏ। ਇਵੇਂ ਕੁਰਸੀਆਂ ਤੇ ਨਿਗਾਹ ਮਾਰ ਕੇ ਆਦਾ, ਤੈਨੂੰ ਹਯਾ ਨਹੀਂ ਆਇਆ, ਤੈਨੂੰ ਸ਼ਰਮ ਨਹੀਂ ਆਈ ਮਜ਼ਾਕ ਕਰਨਾ ਕੈਦੀਆਂ ਨਾਲ? ਕੈਦੀ ਜੂ ਹਾਂ ਫਿਰ ਮਜ਼ਾਕ ਕਰ। ਆਦਾ ਨਹੀਂ ਨਹੀਂ ਮਜ਼ਾਕ ਮੈਂ ਕੋਈ ਨਹੀਂ ਕੀਤਾ। ਆਦਾ ਮਜ਼ਾਕ ਨਹੀਂ ਤਾਂ ਹੋਰ ਕੀ ਕੀਤਾ, ਮੈਂ ਤੈਨੂੰ ਦੱਸਿਆ ਤੇ ਤੂੰ ਮੈਨੂੰ ਮਜ਼ਾਕ ਕੀਤਾ। ਜੋ ਇੱਥੇ ਦਰਬਾਰ 'ਚ ਹਰ ਕੁਰਸੀ 'ਤੇ ਮੈਂ ਵੇਖੀ ਬੈਠਾ, ਮੇਰਾ ਪੀਰ ਆਉਂਦਾ ਤਾਂ ਮੈਨੂੰ ਨਜ਼ਰ ਨਾ ਆਉਂਦਾ, ਮੈਂ ਪੀਰ ਤੋਂ ਭੁੱਲ ਸੰਗਣਾ? ਆਦਾ ਨਹੀਂ, ਜਿੱਥੇ ਮੈਂ ਬਹਾਇਆ ਤੈਂ ਉੱਥੇ ਡਿੱਠਾ ਹੀ ਨਹੀਂ। ਮੁਲਤਾਨ ਵਾਲੇ ਉਹ ਪਰਦਾ ਪਾ ਕੇ ਮੁਜਰਮ ਬਣ ਜਾ ਸਾਂ। ਆਦਾ ਜਿੱਥੇ ਬਹਾਇਆ ਮੈਂ ਆ ਤੈਨੂੰ ਵਿਖਾਵਾਂ। ਸ਼ਾਹ ਜੀ ਇਹ ਕਰੀਬ ਆਇਆ, ਸਾਹਮਣੇ ਇੱਕ ਥਾਲ ਆਈ, ਉੱਤੇ ਰੁਮਾਲ ਆਈ। ਅੱਲਾ ਜਾਣਦਾ ਥਾਲ ਦੇ ਕਰੀਬ ਆਣ ਕੇ ਰੁਕ ਗਏ। ਆਦਾ ਕਿੱਥੇ ਮੇਰਾ ਪੀ? ਇਸ ਸੱਜੇ ਪਾਸੇ ਡਿੱਠਾ, ਇੱਕ ਬੈਤ ਦੀ ਸੋਟੀ ਆਈ, ਉਸ ਨਾਲ ਰਮਾਲ ਹਟਾਇਆ ਤੇ ਜਿਹੜੇ ਲੱਭਾਂ ਨੂੰ ਮੁਹੰਮਦ ਚੁੰਮਦਾ, ਜਿਹੜੇ ਲੱਭਾਂ ਤੇ ਮਾਂ ਬੋਲ ਛੱਡਦੀ ਆਈ। ਅੱਲਾ ਜਾਣਦਾ ਉਹਨਾਂ ਲੱਭਾਂ ਤੇ ਕਮੀ ਨਾ ਛੜੀ, ਫੇਰ ਗਿਆ ਦਾ ਇਹਨੂੰ ਸੁਣਿਆਣ ਕੌਣ? ਵਾਹ 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 ਵਾਹ, ਜੀ ਸਤਰ ਔਖੀਏ ਪਰਦੇ ਚ ਰਹਣ ਡੇ, ਹੱਥ ਜੋੜ ਕੇ ਆਦਾ ਪਿਆ ਨਹੀਂ ਜੰਜਰਵਾਏ ਤੇ ਉਵੇਂ ਪੜ ਪੁਰਾਣੇ ਦਾ ਦਾਰੋ ਤੇ ਵੱਡੇ ਫਿਰਾਂ ਦੀ ਮਾਨ ਦੇ ਅਲਮੇ ਅੱਬਾਸ ਦੀ ਕਸਮੇ, ਅਗਰ ਗਲਤ ਆਖਾਂ ਮੈਂ ਮੁਜਰਿਮ ਹੋਵਾਂ। ਰਵਾਇਤ ਇੰਜ ਨਹੀਂ ਜਿਵੇਂ ਮੈਂ ਪੜੀਏ, ਇੰਜ ਨਹੀਂ ਰਵਾਇਤ ਇਵੇਂ ਬੇਗੈਰਤ ਨੇ ਮੁਖਤਾਰ ਦੇ ਸਾਹਮਣੇ ਛੜੀ ਚਾਹ ਕੇ ਕਿਸੇ ਵੇਲੇ ਸ਼ਬੀਰ ਦੇ ਸੱਜੇ ਲੱਭਾਂ ਤੇ ਮਾਰੀ, ਕਿਸੇ ਵੇਲੇ ਖੱਬੇ ਲੱਭਾਂ ਤੇ ਮਾਰ ਕੇ ਆਦਾ ਇਹਨੂੰ ਸੁਣਿਆਣ ਕੌਣ? ਇਹ ਛੜੀਆਂ ਮਰੇ ਦਾ ਧੀ ਦਰਬਾਰ ਚ ਬਾਰ ਬਾਰ ਤੜਫਦੀ ਆਈ, ਆਦੀ ਅੰਮਾ ਵੇਖ ਮਰੇ ਜਾਂਦੇ ਬਾਅਦ ਮੇਰਾ ਬਾਬਾ ਮੰਜੀ ਬਾਬਾ ਜੀ ਬਾਬਾ ਜੀ ਬਾਬਾ। ਬਸ ਇਤਨੀ ਇਤਨੀ ਇਬਾਦਤ ਕਾਫੀ ਹੋ ਗਈ, ਬਸ ਇਬਾਦਤ ਕਾਫੀ ਹੋ ਗਈ। ਇਬਾਦਤ ਤੱਕ ਰਹਿਣ ਦਿਓ, ਮੈਂ ਤੇ ਆਖਿਆ ਇਬਾਦਤ ਹੋ ਗਈ ਏ, ਜੇ ਤੇਰਾ ਆਪਣਾ ਦਿਲ ਏ ਤੇ ਫਿਰ ਤੇਰੀ ਮਰਜ਼ੀ। ਅੱਜ ਤਾਈ ਜ਼ਾਕਰਾਂ ਤੇਰੇ ਕੋਲੋਂ ਛੁਪਾਈ ਰੱਖਿਆ ਏ, ਮੈਂ ਤੈਨੂੰ ਫਿਰ ਆਖਿਆ ਇਬਾਦਤ ਹੋ ਗਈ ਏ। ਅੱਲਾ ਜਾਣਦਾ ਏ ਤੇਰੇ ਡਰ ਤੋਂ ਨਹੀਂ ਪੜਦੇ, ਮੇਰੀ ਜ਼ੁਬਾਨ ਸੜ ਜਾਏ ਅਗਰ ਮੈਂ ਗਲਤ ਆਖਾਂ, ਮੈਂ ਇੰਜ ਰਵਾਇਤ ਚ ਪੜਿਆ ਹੈ ਇਸ ਕਮੀਨੇ ਭੈਣ ਦੇ ਸਾਹਮਣੇ ਤੇਰਾ ਮਰਤਬਾ ਹੁਸੈਨ ਦੇ ਲਫ਼ਜ਼ ਤੇ ਛੜੀ ਮਾਰਦਾ ਰਿਹਾ ਹੈ, ਇੰਜੇ ਮਰੇ ਦਾ ਰਿਹਾ ਹੈ ਅਲੀ ਦੀਆਂ ਧੀਆਂ ਦੀਆਂ ਅੰਮਾ ਓ ਵੇਖ ਮਰੀ ਜਾਣ ਦੇ ਬਾਅਦ ਮਰੀ ਦਾ ਪਾਇ ਅੰਮਾ ਇੰਜ ਕਢਾਈ ਹੋਇਆ ਹੈ ਵੈਰ ਮੋਇਆ ਤੇ ਮੁੱਕ ਵੈਂਦੇ ਨਾ
ਮਾਂ ਮਰੀ ਜਾਣ ਦੇ ਬਾਅਦ ਮੇਰੇ ਵੀਰ ਨੂੰ ਭੈਣਾਂ ਵੇਦੀਆਂ ਪਈਆਂ।